ਤੁਹਾਨੂੰ ਪਤਾ ਮਾਲ ਉਹ ਖੜੀਆਂ ਕਰਕੇ ਭੱਜ ਜਾਂਦੇ ਐਕਟਰਾਂ ਨੂੰ ਕਹਿਣ ਥੋੜੇ ਅਸੀਂ ਐਕਟਰਾਂ ਚੱਕੀ ਅੱਪੇ ਖੋਲ ਲਈ ਇਹਨਾਂ ਨੇ ਪਤਾ ਨੀ ਕਿਹੜੀ ਚਾਬੀ ਨਾਲ ਮੈਂ ਚੱਕੀ ਆ ਮੈਂ ਉਧਰੋਂ ਆਇਆ ਲੱਗਾ ਗਲੀ ਚ ਕੈਮਰਾ ਲੱਗਾ ਨਿਕਲਿਆ ਕੁਛ ਕਰੋ ਮੇਰੇ ਨਾਲ ਰਾਜਪਾਲ ਸਿੰਘ ਜੀ ਅੱਜ ਬੰਸਾਲੇ ਬਾਜ਼ਾਰ ਰਾਮਬਾਗ ਐਕਸਾਈਜ਼ ਦੇ ਦੋ ਇੰਸਪੈਕਟਰ ਸੀਗੇ ਅਤੇ 10-12 ਸਾਡੇ ਐਕਸਾਈਜ਼ ਦੇ ਮੁਲਾਜ਼ਮ ਸੀਗੇ ਨਾਲ ਥਾਣੇ ਮੁਲਾਜ਼ਮ ਸੀਗੇ 3-4 ਅਤੇ ਉੱਥੇ ਸ਼ਰਾਬ ਬੜੀ 2 ਨੰਬਰ ਦੀ ਵਿਕਦੀ ਆ ਅਤੇ ਉੱਥੇ ਰੇਡ ਕੀਤਾ ਅਸੀਂ ਅਸੀਂ ਜਾ ਕੇ ਰੁਕੇ ਹੀ ਹਾਂ ਅਤੇ ਸਾਡੇ 'ਤੇ ਉਹਨਾਂ ਨੇ ਮਹੱਲੇ ਵਾਲਿਆਂ ਨੇ ਹਮਲਾ ਕਰਤਾ ਜਿਹੜੇ ਜਿਹੜੇ ਸ਼ਰਾਬ ਵੇਚਣ ਵਾਲੇ 10-12 ਜਣੇ ਇਕੱਠੇ ਹੋਏ ਹੋਏ ਸੀਗੇ ਉਹਨੇ ਇੱਟਾਂ ਰੋੜੇ ਮਾਰਨੇ ਚਾਲੂ ਕਰਤੇ ਮੇਰੇ ਸਿਰ 'ਤੇ ਇੱਟਾਂ ਵੱਜੀਆਂ ਅਤੇ 4 ਸਪੇਰੋ ਸਾਰਾ ਮਹੱਲਾ ਹੀ ਪੈ ਗਿਆ ਅਤੇ ਉਹਨਾਂ ਨੇ ਨਾਲੇ ਤਾਂ ਮੁਲਾਜ਼ਮਾਂ ਦੇ ਗਲ ਪੈ ਗਏ ਨਾਲੇ ਸਾਡੇ ਗਲ ਪੈ ਗਏ 3-4 ਮੁਲਾਜ਼ਮ ਤਾਂ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਕਢਵਾ ਕੇ ਲੈ ਕਹਿੰਦੇ ਸੀ ਉੱਥੋਂ ਥਾਣੇ ਪੁਲਿਸ ਗਈ ਰਾਮਬਾਗੋਂ ਅਤੇ ਬਾਕੀ 2 ਮੁਲਾਜ਼ਮਾਂ ਦੀ ਤਾਂ ਵਰਦੀ ਪੱਟੀ ਹੋਈ ਹੈ ਕਾਫੀ ਵਾਰੀ ਰੇਡ ਹੋਇਆ ਕਾਫੀ ਪਰਚੇ ਉਹਨਾਂ ਦੇ ਉੱਥੇ ਤਾਂ ਮੇਲਾ ਲੱਗਿਆ ਹੁੰਦਾ ਸ਼ਾਮ ਨੂੰ ਉੱਥੇ ਸ਼ਰਾਬ ਇੰਨੀ ਵਿਕਣ ਡਈ ਹੁੰਦੀ ਆ ਅਤੇ ਬਹੁਤ ਜ਼ਿਆਦਾ ਉੱਥੇ ਲੋਕਾਂ ਦਾ ਲੰਘਣਾ ਵਗੈਰਾ ਵੀ ਔਖਾ ਵਾ ਅਤੇ ਮੁਹੱਲੇ ਵਾਲੇ ਵੀ ਸਾਨੂੰ ਤਾਂ ਦੂਜੇ ਕਹਿਣ ਡੇ ਜਿਹਨਾਂ ਦੇ ਹੋਟਲ ਆ ਵੀ ਬੜੀ ਤਾਂ ਸ਼ਰਾਬ ਵਿਕਦੇ ਕੁਛ ਕਰੋ ਅਤੇ ਹੁਣ ਤਾਂ ਉੱਥੇ ਮੌਕੇ 'ਤੇ ਵੀ 15-20 ਪੇਟੀਆਂ ਉੱਥੇ ਖਾਲੀ ਨਾਲੇ ਬਾਰਦਾਨਾ ਵਗੈਰਾ ਕਾਫੀ ਮਿਲਿਆ ਉੱਥੇ ਪਤਾ ਨਹੀਂ ਹੁਣ ਪੈਸੇ ਲੈਂਦੀ ਆ ਕੀ ਕਰਦੀ ਆ ਅਤੇ ਸ਼ਰਾਬ ਉੱਥੇ ਸ਼ਰਿਆਂ ਵਿਕਣ ਡਈ ਆ ਮੇਰਾ ਰਣਜੀਤ ਸਿੰਘ ਨਾਂ ਜੀ ਐਕਸਾਈਜ਼ ਲੱਗਿਆ ਜੀ ਵਨ ਐਕਸਾਈਜ਼ ਵਨ 'ਚ ਕੋਈ ਜਨਾਬ ਕੋਈ ਨਹੀਂ ਅਸੀਂ ਜਾ ਕੇ ਉੱਥੇ ਖਲੋਤੇ ਹਾਂ ਜੀ ਅਸੀਂ ਜਾ ਖਲੋਤੇ ਹਾਂ ਅਤੇ ਪਾਲ ਸਿੰਘ ਦੇ ਪੈ ਗਏ ਆ ਇਹਨੂੰ 10-15 ਜਣਿਆਂ ਥੱਲੇ ਦੱਬ ਲਿਆ ਡੰਡਿਆਂ ਨਾਲ ਇੱਕ ਵੱਟਾਂ ਮਾਰਿਆ ਕਹਿੰਦਾ ਡੰਡਿਆਂ ਨਾਲ ਦੇਹ ਤੇਰੀ ਕੁੱਟਣ ਡਿਆ ਪਿਆ ਮੈਂ ਮਾੜਾ ਗਾਹ ਕਸਟਾਉਣ ਲੱਗਾ ਮੈਨੂੰ ਇੱਥੋਂ ਗਰਮੀਆਂ ਫੜ ਕੇ ਨਾਲ ਮੈਂ ਬਟਨ 2 ਤੋੜ ਦਿਆ ਅਤੇ ਮੈਨੂੰ ਫੜ ਕੇ ਉੱਥੇ ਘਰੀਛਿਆ ਹੋਰ ਜਿੰਨੇ ਬੰਦੇ ਸੀ ਉੱਥੇ ਘਰੋ ਘਰ 50-60 ਬੰਦੇ ਉਹਨਾਂ ਦੇ ਆ ਗਏ ਜੀ ਪਤਾ ਨਹੀਂ ਕਿੱਥੋਂ ਆ ਗਏ ਟੁੱਟ ਕੇ ਇੰਨੇ ਬੰਦੇ ਇਹਨੂੰ ਫੜ ਕੇ ਥੱਲੇ ਦੱਬ ਲਿਆ ਇਹਦੇ ਮਹਾਂ ਨਿਕਲਿਆ ਇਹਦੇ ਮਹਾਂ ਚੁੱਕ ਕੇ ਲਿਆਂਦਾ ਜੀ ਅਤੇ ਮੈਂ ਉੱਥੋਂ ਆ ਇਹਨਾਂ ਫੜ ਕੇ ਗਲੇ ਮੈਂ ਉੱਥੇ ਜਿਉਂ ਘਰੀਛਣ ਲੱਗਿਆ ਜਿਉਂ ਕਿ ਮੈਂ ਮਹਾਂ ਅਜੇ ਤੱਕ ਮੈਨੂੰ ਸਾਹ ਨਹੀਂ ਆਉਂਦਾ ਜੀ ਹਾਂਜੀ ਹਾਂਜੀ ਰਾਮਬਾਗ ਥਾਣੇ ਕੀਤੀ ਜੀ ਉੱਥੋਂ 2 ਬੰਦੇ ਉਹਨਾਂ ਦੇ ਆਏ ਜੀ ਹਾਂਜੀ ਹੁਣ ਕੱਖ ਨਹੀਂ ਜੀ ਕਹਿਣਾ ਕੀ ਨੇ ਜਨਾਬ
ਹੁਣ ਪਰਚੇ ਨੂੰ ਕਹਿੰਦੇ ਜੀ ਪਰਚਾ ਕੋਈ ਨਹੀਂ ਕਰ ਦਿੰਦੇ ਪਰਚਾ ਕਰ ਦਿੰਦੇ। ਰਵਿੰਦਰ ਸਿੰਘ ਅਸੀਂ ਉੱਥੇ ਰੇਡ 'ਤੇ ਗਏ ਸੀਗੇ ਅਤੇ ਅੱਗਿਓਂ ਉਹਨਾਂ ਨੇ ਹਮਲਾ ਕਰਤਾ ਜੀ ਜਿਹਦੇ ਵਿੱਚ ਸਾਡਾ ਇੱਕ ਰੇਡ ਪਾਰਟੀ ਦੇ ਇੰਚਾਰਜ ਅਤੇ ਦੋ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਜੀ। ਹੁਣ ਪਰਚਾ ਕਰਾਵਾਂਗੇ ਜੀ ਉਹਨਾਂ ਨੂੰ ਕਿ ਬਹੁਤ ਵਿਕਦੀ ਹੈਗੀ ਜੀ, ਕਈ ਰੇਡਾਂ ਕਰਦੇ ਆ ਪਰ ਲੇਕਿਨ ਬੰਦੇ ਭੱਜ ਜਾਂਦੇ ਸੀ ਬਾਜ਼ਾਰ ਟਾਈਟ ਹੋਣ ਕਰਕੇ ਨਾ ਜੀ, ਅਤੇ ਇਹ ਤਾਂ ਹੁਣ ਦੇਖੋ ਜੀ ਉਹਨਾਂ ਨੂੰ ਥਾਣਾ ਬਿਲਕੁਲ ਲਾਗੇ ਹੀ ਹੈਗਾ ਜੀ, 500 ਮੇਰੇ ਖਿਆਲ 500 ਕੁ ਮੀਟਰ ਹੀ ਹੋਣਾ ਮੇਰੇ ਖਿਆਲ 'ਚ। ਇਹ ਹੁਣ ਅਸੀਂ ਕੁਛ ਕਹਿ ਨਹੀਂ ਸਕਦੇ ਜੀ ਉਹਦੇ ਬਾਰੇ, ਸਾਡੇ ਵੱਲੋਂ ਤਾਂ ਆਪਾਂ ਦੂਜੇ ਤੀਜੇ ਦਿਨ ਰੇਡ ਕਰੀਦੀ ਹੈ ਜੀ ਉੱਥੇ। ਆ ਮੈਨੂੰ ਫੋਨ ਆਇਆ ਸੀਗਾ ਜੀ ਇਹ ਵੀ ਉੱਥੇ ਬੰਦੇ ਜਿਹੜੇ ਹੈਗੇ ਆ ਇੱਟਾਂ ਰੋੜੇ ਮਾਰਨ ਲੱਗ ਪਏ ਆ, ਅਤੇ ਉੱਥੇ ਮੈਂ ਮੌਕੇ 'ਤੇ ਪਹੁੰਚ ਗਿਆ। ਜਦੋਂ ਮੈਂ ਮੌਕੇ 'ਤੇ ਗਿਆ ਉਦੋਂ ਕੋਈ ਵੀ ਹੈ ਨਹੀਂ ਸੀਗਾ, ਨਾ ਹੀ ਐਕਸਾਈਜ਼ ਮੁਲਾਜ਼ਮ ਸੀਗੇ ਨਾ ਹੀ ਕੋਈ ਪਬਲਿਕ ਦਾ ਮੁਲਾਜ਼ਮ ਸੀਗਾ। ਇਹਨਾਂ ਦੇ ਬਾਅਦ 'ਚ ਮੈਨੂੰ ਦੱਸਿਆ ਵੀ ਉਹਨਾਂ ਇੱਟਾਂ ਰੋੜੇ ਮਾਰੇ ਆ ਵੀ ਜਿਹਦੇ ਨਾਲ ਸਾਡੇ ਇੱਕ ਬੰਦੇ ਦੇ ਜਿਹੜੇ ਸਿਰ ਦੇ ਵਿੱਚ ਰੋੜਾ ਲੱਗਿਆ, ਉਹ ਸਾਰਾ ਕੁਛ ਹੁਣ ਦੇਖ ਚਾਹ ਕੇ ਸਾਰੀ ਜੋ ਕਾਰਵਾਈ ਬਣਦੀ ਉਹ ਕਰ ਦਿੰਦੇ ਆ ਜੀ। ਮੈਨੂੰ ਹੁਣ ਪੁਲਿਸ ਮੁਲਾਜ਼ਮ ਹੈੱਡ ਕੋਂਸਟੇਬਲ ਆ ਜੀ ਉਹਨਾਂ ਨੇ ਦੱਸਿਆ ਵੀ ਮੇਰੀ ਵਰਦੀ ਦਾ ਇੱਕ ਬਟਨ ਵੀ ਟੁੱਟਿਆ, ਅਤੇ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਕਰ ਰਹੇ ਹਾਂ। ਲੱਗਦਾ ਨਹੀਂ ਥਾਣਾ ਬਿਲਕੁਲ ਲਾਗੇ ਹੋ ਗਏ, ਸ਼ਰਾਬ ਵਿਕਦੀ ਹੋਵੇ ਤਾਂ ਪੁਲਿਸ ਉੱਥੇ ਕੀ ਕਰਦੀ ਹੈ? ਪੁਲਿਸ ਤਾਂ ਅਸੀਂ ਤਾਂ ਪਰਚੇ ਦਿੱਤੇ ਆ ਜੀ, ਪਰਚੇ ਦਿੱਤੇ ਬਹੁਤ ਪਰਚੇ ਦਿੱਤੇ, ਸ਼ਰਾਬ ਚੱਲਦੀ ਹੈ 12 ਮਹੀਨੇ 30 ਦਿਨ ਚੱਲਦੀ ਹੈ ਕੀ ਥਾਣਿਆਂ ਦੀ ਸੈਟਿੰਗ ਹੈ ਉੱਥੇ? ਨਹੀਂ ਅਸੀਂ ਤਾਂ ਗੇੜਾ ਉੱਥੇ ਰੱਖੀਦਾ ਜੀ, ਸਾਡਾ PCR ਉੱਥੇ ਘੁੰਮਦਾ ਆ, ਗਸਟ ਪਾਰਟੀ ਉੱਥੇ ਘੁੰਮਦੀ ਆ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ।